ਇਹ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਗੁਰਾਇਆਂ ਤੋਂ ਹੈ, ਜਿੱਥੇ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਾਇੰਸ ਮੇਲੇ ਵਿੱਚ ਲੈ ਕੇ ਜਾ ਰਹੀ PRTC ਦੀ ਬੱਸ ਖੜ੍ਹੇ ਟਰੱਕ ਵਿੱਚ ਜਾ ਵੱਜੀ। ਇਸ ਦਰਦਨਾਕ ਹਾਦਸੇ ਵਿੱਚ ਇੱਕ ਅਧਿਆਪਕ ਦੀ ਮੌਤ ਹੋ ਗਈ, ਜਦਕਿ ਕਈ ਵਿਦਿਆਰਥੀ ਅਤੇ ਅਧਿਆਪਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ। ਸਕੂਲ ਵਿਦਿਆਰਥੀ ਮੁਤਾਬਿਕ ਬੱਸ ਇੰਨੀ ਜ਼ਿਆਦਾ ਤੇਜ਼ ਸੀ ਕਿ ਖੜ੍ਹੇ ਟਰੱਕ ਵਿੱਚ ਜਾ ਵੱਜੀ। ਸਾਰੀ ਗਲਤੀ ਬੱਸ ਚਾਲਕ ਦੀ ਦੱਸੀ ਜਾ ਰਹੀ ਹੈ। 6:30 ਵਜੇ ਚੱਲੇ ਸੀਗੇ ਜੀ, ਕਪੂਰਥਲੇ ਤੋਂ ਤੁੰਗਾ ਤੋਂ ਕਪੂਰਥਲੇ ਜਾਣਾ ਸੀਗਾ ਜੀ। ਇਹ ਐਕਸੀਡੈਂਟ ਸੀ, ਅਸੀਂ ਜਵਾਕ ਸਾਡੇ ਬੱਸ ਦੀ ਗੱਲ ਕੀ ਡਰਾਈਵਰ ਲਈ 85 ਦੀ ਬੱਸ ਸੀ। ਕਿੰਨੇ ਕੁ ਦੀ ਸਪੀਡ 'ਤੇ ਹੋ ਗਈ ਆਈ ਗਿਆ ਪਤਾ ਕੁਛ? ਐਸਟੀਮੇਟ 120 ਦੇ ਲਵੇ ਹੋ ਗਏ। ਉੱਧਰ ਬੱਸ ਡਰਾਈਵਰ ਮੁਤਾਬਿਕ ਟਰੱਕ ਵਾਲੇ ਨੇ ਟਰੱਕ ਗਲਤ ਖੜਾ ਕੀਤਾ ਹੋਇਆ ਸੀ, ਉਹ ਤਾਂ ਆਮ ਸਪੀਡ ਵਿੱਚ ਬੱਸ ਨੂੰ ਚਲਾ ਰਿਹਾ ਸੀ। ਮੇਰੀ ਬਿਲਕੁਲ ਕੱਚੇ ਸੀਗੀ, ਇਹ ਗੱਡੀ ਪਹਿਲਾਂ ਦੀ ਖੜੀ ਸੀ ਮੇਰੀ 60-65 ਦੀ ਸਪੀਡ, ਇੱਥੋਂ ਘੁਮਾਉਂਦੇ ਘੁਮਾਉਂਦੇ ਫਿਰ ਵੀ ਗੱਡੀ ਟੱਚ ਹੋ। ਕਿਹੜੇ ਸਕੂਲ ਦੀ ਬੱਸ ਹੈ? ਇਹ ਸੰਗਰੂਰ ਟਿੱਕੂ ਦੀ ਹੈ। ਬੱਸ ਸਕੂਲ ਕਿੱਥੇ ਦਾ ਭਾਜੀ? ਤੁੰਗਾ, ਸੰਗਰੂਰ ਦੇ ਲਾਗੇ ਤੁੰਗਾ। ਕਿੰਨੇ ਨਿਆਣੇ ਸੀਗੇ ਵਿੱਚ? ਹੈਗੇ ਜੀ ਮੇਰੇ ਖਿਆਲ 40 ਬੱਚੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।